ਕੇ ਮੈਂ ਦਵਾਈ ਲੈਣ ਗਿਆ ਅਤੇ ਇਹਨਾਂ ਮਗਰੋਂ ਮੈਨੂੰ ਫੋਨ ਕਰਤਾ ਵਾ ਅਤੇ ਇੱਦਾਂ ਐਕਸੀਡੈਂਟ ਹੋ ਗਿਆ, ਗੁੱਡੀ ਨੂੰ ਥੱਲੇ ਦੇ ਕੇ ਮਾਰ ਗਿਆ। ਸਹਿਜ ਫਰੀਦ ਕੌਰ, ਕਿੰਨੀ ਉਮਰ ਸੀ? 3.5 ਸਾਲ। ਮੌਤ ਗੱਡੀ ਵਾਲਾ ਅਜੇ ਤਾਰਨ ਡਿਆ ਵਾ, ਉਹ ਗਾਲੇ ਪਾਸੇ ਨੂੰ ਹੋਈ। ਅਜੇ ਅਜੇ ਬੱਚੇ ਸਾਡੇ ਦੋ ਉਤਰਨ ਡਈਆਂ ਬੱਚੀਆਂ ਹੋਰ, ਅਤੇ ਉਹਨੇ ਗੱਡੀ ਚਲਾ ਦਿੱਤੀ ਆ ਗਾਲੇ ਟਾਇਰ ਥੱਲੇ। ਮੇਰੀ ਧੀ ਆ ਗਈ ਆ। ਕਹਿੰਦੇ ਡਰਾਈਵਰ ਨੇ ਗੱਡੀ ਥੱਲੇ ਦੇ ਕੇ ਮਰ ਗਈ ਕੁੜੀ। ਮੈਨੂੰ ਮੁੜ ਕੇ ਕੁਝ ਪਤਾ ਨਹੀਂ ਮੈਂ ਕੀ ਕਰਨਾ ਕੀ ਨਹੀਂ ਕਰਨਾ। ਮੈਂ ਤਾਂ ਨਿੱਕੀ ਜੀ 40 ਦਿਨਾਂ ਦੀ ਤਾਂ ਮੈਂ ਪਾਲੀ ਕੁੜੀ, ਨਾ ਉਹਦਾ ਮਾਂ ਨਾ ਪਿਓ। ਹੁਣ ਵੀ ਮੇਰੇ ਨਾਲ ਹੀ ਉਹਨੇ ਰਹਿਣਾ, ਮੈਂ ਜਿੱਥੇ ਕਿਤੇ ਜਾਣਾ ਮੇਰੇ ਨਾਲ ਹੀ ਉਹਨੇ ਰਹਿਣਾ ਵਾ। ਦਾਦੂ ਹੀ ਕਹਿਣਾ ਦਾਦੂ, ਦੂਜੇ ਮੈਨੂੰ ਬੱਚੇ ਸਾਰੇ ਕੋਈ ਡੈਡੀ ਕਹਿੰਦਾ ਕੋਈ ਪਾਪਾ ਕਹਿੰਦਾ, ਉਹਨੇ ਮੈਨੂੰ ਦਾਦੂ ਹੀ ਕਹਿਣਾ ਦਾਦੂ, ਮੈਂ ਤੇਰੇ ਨਾਲ ਹੀ ਰਹਿਣਾ। ਪੰਜੇ 'ਤੇ ਹੀ ਮੁੜ ਕੇ ਮੈਂ ਦਵਾਈ ਲੈਣ ਗਿਆ ਅਤੇ ਇਹਨਾਂ ਮਗਰੋਂ ਮੈਨੂੰ ਫੋਨ ਕਰਤਾ ਵਾ ਅਤੇ ਇੱਦਾਂ ਐਕਸੀਡੈਂਟ ਹੋ ਗਿਆ, ਗੁੱਡੀ ਨੂੰ ਥੱਲੇ ਦੇ ਕੇ ਮਾਰ ਗਿਆ ਡਰਾਈਵਰ। ਮੈਂ ਥੱਲੇ ਕਿੱਦਾਂ ਦੇ ਗਿਆ ਤੁਹਾਨੂੰ, ਉਹ ਤਾਂ ਚੰਗਿਆ ਭਲਾ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਕੀ ਗੱਲ। ਇਹਨਾਂ ਮੁੜ ਕੇ ਮੈਂ ਫਿਰ ਦੁਬਾਰਾ ਫੋਨ ਕੀਤਾ, ਕਹਿੰਦੇ ਡਰਾਈਵਰ ਨੇ ਗੱਡੀ ਥੱਲੇ ਦੇ ਕੇ ਮਰ ਗਈ ਕੁੜੀ। ਮੈਨੂੰ ਮੁੜ ਕੇ ਕੁਝ ਪਤਾ ਨਹੀਂ ਮੈਂ ਕੀ ਕਰਨਾ ਕੀ ਨਹੀਂ ਕਰਨਾ। ਮੈਂ ਤਾਂ ਨਿੱਕੀ ਜੀ 40 ਦਿਨਾਂ ਦੀ ਤਾਂ ਮੈਂ ਪਾਲੀ ਕੁੜੀ, ਨਾ ਉਹਦਾ ਮਾਂ ਨਾ ਪਿਓ। ਹੱਥੀਂ ਹੁਣ ਵੀ ਮੇਰੇ ਨਾਲ ਹੀ ਉਹਨੇ ਰਹਿਣਾ, ਮੈਂ ਜਿੱਥੇ ਕਿਤੇ ਜਾਣਾ ਮੇਰੇ ਨਾਲ ਹੀ ਉਹਨੇ ਰਹਿਣਾ ਵਾ। ਦਾਦੂ ਹੀ ਕਹਿਣਾ ਦਾਦੂ, ਦੂਜੇ ਮੈਨੂੰ ਬੱਚੇ ਸਾਰੇ ਕੋਈ ਡੈਡੀ ਕਹਿੰਦਾ ਕੋਈ ਪਾਪਾ ਕਹਿੰਦਾ, ਉਹਨੇ ਮੈਨੂੰ ਦਾਦੂ ਹੀ ਕਹਿਣਾ ਦਾਦੂ, ਮੈਂ ਤੇਰੇ ਨਾਲ ਹੀ ਰਹਿਣਾ। ਇਹ ਤੁਹਾਡਾ ਕਿਸ ਤਰ੍ਹਾਂ ਰਾਜੀਨਾਮਾ ਹੋਇਆ, ਕਿਸ ਤਰ੍ਹਾਂ ਦੀ ਸੰਸਕਾਰ ਕਰ ਦਿੱਤਾ? ਇਹ ਸੰਸਕਾਰ ਹੁਣ ਮੈਨੂੰ ਨਹੀਂ ਕੁਝ ਵੀ ਇਹਦੇ ਬਾਰੇ, ਮੈਂ ਤਾਂ ਪਤਾ ਨਹੀਂ ਲੱਗਦਾ ਸੀ ਮੈਨੂੰ ਮੈਂ ਕੀ ਕਰਾਂ। ਮੇਰਾ ਤਾਂ ਮੇਰੀ ਜਾਨ ਹੀ ਉਹਦੇ ਵਿੱਚ ਹੀ ਕੁੜੀ। ਪੁਲਿਸ ਨੇ ਦਾਬੇ ਮਾਰ ਕਰਵਾਇਆ? ਨਹੀਂ, ਪੁਲਿਸ ਨੇ ਕੋਈ ਦਾਬਾ ਨਹੀਂ ਮਾਰ, ਪੁਲਿਸ ਨੇ ਕੋਈ ਕੇਸ ਨਹੀਂ, ਉਹਨਾਂ ਨੇ ਕਾਰਵਾਈ ਪਤਾ ਨਹੀਂ ਲਿਖਾ ਪੜ੍ਹ ਕੀਤਾ ਵਾ। ਪੋਸਟਮਾਰਟਮ ਵਾਸਤੇ ਨਹੀਂ ਕਰੀ ਉਹ, ਕਹਿੰਦੇ ਵੀ ਕਹਿੰਦੇ ਵੀ ਖਰਾਬ ਨਹੀਂ, ਚੁੱਕਣ ਜੋਗੀ ਆਈ ਨਹੀਂ। ਪੋਸਟਮਾਰਟਮ ਦਾ ਕੀ ਕਰਨਾ, ਸਾਰਾ ਤਾਂ ਮੇਜਰ ਨਿਕਲ ਗਿਆ। ਫਿਰ ਵੀ ਪੋਸਟਮਾਰਟਮ ਦੀ ਸਭ ਕੁਛ ਪੋਸਟਮਾਰਟਮ ਹੁਣ ਪਤਾ ਨਹੀਂ, ਪੋਸਟਮਾਰਟਮ ਦੇਖਦਾ ਸੀ ਜੋ ਹੋਣਾ ਸੀਗਾ। ਕੋਈ ਚਾਹੁੰਦੇ ਵੈਸੇ ਤੇ ਸਕੂਲ ਤੇ ਕਾਰਵਾਈ ਹੋਣੀ ਚਾਹੀਦੀ। ਸਕੂਲ ਤੇ ਕਾਰਵਾਈ ਕੀ ਕਰਨੀ ਆ, ਉਹ ਵੀ ਹੁਣ ਤੁਹਾਨੂੰ ਡਰਾਈਵਰ ਤੇ ਹੋਣੀ ਚਾਹੀਦੀ। ਸਕੂਲ ਵਾਲਿਆਂ ਦਾ ਤਾਂ ਕਸੂਰ ਹੀ ਕੋਈ ਨਹੀਂ, ਸਕੂਲ ਵਾਲਿਆਂ ਤੇ ਇਹਨਾਂ ਵਿਚਾਰੀ ਦੀ, ਅਸੀਂ ਆਹ ਮਾਂ ਪਿਓ ਨੀਗਾ, ਉਦੋਂ ਕਹਿੰਦੇ ਵੀ ਸਾਨੂੰ ਤੁਸੀਂ ਕਿਰਾਏ ਵਾ ਨਾ ਦਿਓ, ਇਹਦਾ ਦਾਖਲਾ ਹੀ ਦੇ ਦਿਓ, ਫੀਸ ਵੀ ਨਾ ਦਿਓ ਉਹਨਾਂ ਤੇ ਸਾਡੀ। ਤੇ ਕਿਹੜਾ ਸਕੂਲ ਸੀ? ਸਕੂਲ ਮੀਰੀ ਪੀਰੀ, ਤੁਹਾਨੂੰ ਕੋਈ ਡਾਬਾ ਨਹੀਂ ਮਾਰਿਆ। ਉਹ ਤਾਂ ਮਾਸਟਰ ਵਿਚਾਰਾ ਆਪ ਬੜਾ ਬੀਬਾ ਬੰਦਾ ਆ, ਉਹ ਤਾਂ ਆਪ ਮਾਫੀਆਂ ਮੰਗਣ ਡਿਆ ਸੀ ਵੀ ਮੈਨੂੰ ਨਹੀਂ ਪਤਾ। ਸਹਿਜ ਫਰੀਦ ਕੌਰ, ਕਿੰਨੀ ਉਮਰ ਸੀ? 3.5 ਸਾਲ। ਤੇ ਕਿੰਨੀ ਪੜ੍ਹਦੀ ਸੀ? ਅਜੇ ਪਾਈ ਨਰਸਰੀ ਚ। ਤੇ ਕਿਹੜੇ ਸਕੂਲ ਜਾ ਰਹੀ ਸੀ? ਮੀਰੀ ਪੀਰੀ। ਕਿਸ ਤਰ੍ਹਾਂ ਦੀ ਮੌਤ ਹੋਈ ਹੈ ਜੀ? ਮੌਤ ਗੱਡੀ ਵਾਲਾ ਅਜੇ ਤਾਰਨ ਡਿਆ ਵਾ, ਉਹ ਗਾਲੇ ਪਾਸੇ ਨੂੰ ਹੋਈ। ਅਜੇ ਅਜੇ ਬੱਚੇ ਸਾਡੇ ਦੋ ਉਤਰਨ ਡਈਆਂ ਬੱਚੀਆਂ ਹੋਰ, ਅਤੇ ਉਹਨੇ ਗੱਡੀ ਚਲਾ ਦਿੱਤੀ ਆ ਗਾਲੇ ਟਾਇਰ ਥੱਲੇ। ਮੇਰੀ ਧੀ ਆ ਗਈ ਆ। ਬੱਸ ਦੇ ਵਿੱਚ ਕੋਈ ਹੈਲਪਰ ਸੀ? ਨਹੀਂ, ਕੋਈ ਹੈਲਪਰ ਨਹੀਂ। ਉਹ ਬੜੀ ਤੇਜ਼ ਚਲਾਉਂਦਾ, ਪਿੱਛੇ ਕੁੱਤੇ ਨੂੰ ਵੀ ਉਹਨੇ ਐਕਸੀਡੈਂਟ ਕੁੱਤੇ ਦਾ ਵੀ ਕੀਤਾ। ਗੱਡੀ ਬੜੀ ਭਜਾਉਂਦਾ, ਨਿਆਣੇ ਆਉਂਦੇ ਸਾਨੂੰ ਬੜਾ ਸੁੱਟਦਾ ਵਾ ਥਾਂ ਥਾਂ। ਅਸੀਂ ਆਖੇ ਚੱਲ ਕੋਈ ਨਹੀਂ, ਹੁਣ ਇੱਥੋਂ ਘਰੋਂ ਲੈ ਜਾਂਦੇ ਆ ਬੱਚੇ ਦੇ, ਅਸੀਂ ਪੜ੍ਹਾਉਣੇ ਆ। ਸਾਨੂੰ ਨਹੀਂ ਸੀ ਪਤਾ ਸਾਡੀ ਹੋਣੀ ਖਲੋਤੀ, ਮੈਂ ਮੀਟਰ ਪਾਲੀ ਬੱਚੀ ਨਿੱਕੀ ਜਿਹੀ, ਉਹਦਾ ਪਿਓ ਮਾਂ ਹੈ ਨਹੀਂ। ਤੇ ਇਹਦਾ ਸੰਸਕਾਰ ਕਿਉਂ ਕਰਾਤਾ ਤੁਸੀਂ, ਪੋਸਟਮਾਰਟਮ ਕਿਉਂ ਨਹੀਂ ਕਰਾਇਆ? ਉਹਨੂੰ ਪਤਾ ਲੱਗਾ ਮੈਨੂੰ, ਮੇਰੇ ਕੋਲ ਲੈ ਗਏ ਸੀ ਆਉਂਦੇ, ਰੋਂਦੀ ਰਹਿਣਾ ਇਹਨੇ ਸੰਸਕਾਰ ਕਰਤਾ। ਕੋਈ ਕਾਨੂੰਨੀ ਕਾਰਵਾਈ ਨਹੀਂ ਚਾਹੁੰਦੇ? ਕੋਈ ਨਹੀਂ ਕੀਤੀ ਇਹਨਾਂ ਨੇ। ਮੈਂ ਤਾਂ ਆਖਿਆ ਉਹਨੂੰ ਫੜਾਓ, ਮੇਰੇ ਕੋਲ ਮੇਰੇ ਨਾਲ ਕੀ ਵਿਹਾਰ ਕਮਾਇਆ ਉਹਨੇ। ਤੁਸੀਂ ਕਾਰਵਾਈ ਕਰਾਉਣਾ ਚਾਹੁੰਦੇ ਹੋ, ਕਿੰਨੀ ਰੋਕੀ ਕਾਰਵਾਈ? ਮੈਂ ਤਾਂ ਗਈ ਨਹੀਂ ਕਿਤੇ ਵੀ, ਉੱਠ ਕੇ ਇੱਥੇ ਬੈਠੀ ਰਹੀ ਹਾਂ ਮੰਜੇ 'ਤੇ ਕੁੜੀ ਲਾਗੇ। ਮੈਨੂੰ ਨਹੀਂ ਪਤਾ ਕਿੰਨੇ ਆਖਿਆ, ਕੁਛ ਨਹੀਂ ਹੋਣਾ ਮੈਨੂੰ ਨਹੀਂ ਪਤਾ। ਫ੍ਰੀ ਸੇਵਾ, ਫ੍ਰੀ ਸਮਾਧਾਨ।
ਵਿਦੇਸ਼ 'ਚ ਬੈਠੇ ਕਿਉਂ ਹੋ ਪਰੇਸ਼ਾਨ? ਤੰਤਰ ਮੰਤਰ, ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਸਰਦਾਰ ਧਰਮਿੰਦਰਜੀਤ ਸਿੰਘ ਜੀ। ਮੇਰਾ ਕੀਤਾ ਹੋਇਆ ਚੱਲੇਗਾ ਸੱਤ ਸਮੁੰਦਰ ਪਾਰ। ਕੋਈ ਅਜਿਹਾ ਤਾਲਾ ਨਹੀਂ ਜੋ ਖੁੱਲੇ ਨਾ। ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ। ਹਰ ਸਮੱਸਿਆ ਦਾ ਸਮਾਧਾਨ 100% ਗਾਰੰਟੀ ਨਾਲ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ। ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ। ਲਵ ਮੈਰਿਜ, ਲਾਟਰੀ ਨੰਬਰ, ਪੀਆਰ ਪ੍ਰੋਬਲਮ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਸੱਸ ਨੂੰ ਪਤੀ ਪਤਨੀ ਵਿੱਚ ਅਣਬਣ, ਮਨ ਚਾਹਿਆ ਪਿਆਰ, ਬੱਚੇ ਕਹਿਣੇ ਤੋਂ ਬਾਅਦ, ਘਰ ਵਿੱਚ ਕਲੇਸ਼, ਤੁਹਾਡਾ ਕੋਈ ਭੈਣ ਭਰਾ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵਸ ਵਿੱਚ ਹੈ, ਉਸ ਨੂੰ ਬਾਹਰ ਕੱਢਣ ਲਈ ਤੁਰੰਤ ਸੰਪਰਕ ਕਰੋ ਸਰਦਾਰ ਧਰਮਿੰਦਰਜੀਤ ਸਿੰਘ ਜੀ ਨਾਲ 9878484896।